ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਥੇ ਤੁਹਾਡੇ ਕੋਲ ਆਇਆ, ਮੈਂ ਪੰਜਾਬ ਆਇਆ, ਆਪਣੇ ਘਰ ਆਇਆ। ਕਿੰਨਿਆਂ ਦਾ ਕਹਿਣਾ ਕਿ ਮੈਂ ਇੱਥੇ ਰੁਕਾਂਗਾ ਨਹੀਂ, ਮੈਂ ਕਹਿ ਰਿਹਾ ਮੈਂ ਇੱਥੇ ਰਹਿਣ ਆਇਆ, ਮੈਂ ਤੁਹਾਡੇ ਵਿੱਚ ਆਇਆ, ਤੁਹਾਡੇ ਨਾਲ ਜੁੜਨ ਆਇਆ। ਮੈਂ ਇਹ ਜਾਣਨਾ ਚਾਹੁੰਦਾ ਤੁਸੀਂ ਮੇਰੇ ਨਾਲ ਜੁੜੋਗੇ, ਮੋਦੀ ਜੀ ਨੂੰ ਜਿਤਾਉਂਗੇ। ਮੈਂ ਤੁਹਾਨੂੰ ਵਾਅਦਾ ਕਰਦਾ ਕਿ ਮੈਂ ਇੱਥੇ ਆ ਕੇ ਤੁਹਾਡੇ ਵਿੱਚ ਤੁਹਾਡੇ ਦੁੱਖ ਦਰਦ ਸਾਰੇ ਸੁਣਾਂਗਾ, ਕਿਉਂਕਿ ਮੈਂ ਉਹਦੇ ਲਈ ਆਇਆ। ਮੈਂ ਚਾਹੁੰਦਾ ਆਪਣਾ ਪੰਜਾਬ ਫਿਰ ਤੋਂ ਉੱਥੇ ਪਹੁੰਚੇ ਜਿੱਥੇ ਪਹੁੰਚਣਾ ਚਾਹੀਦਾ ਸੀ ਉਹਨੂੰ। ਆਪਾਂ ਪੰਜਾਬ ਨੂੰ ਉੱਤੇ ਲੈ ਕੇ ਜਾਣਾ। ਪੰਜਾਬ ਹਮੇਸ਼ਾ ਬਾਰਡਰ 'ਤੇ ਰਿਹਾ, ਬਾਰਡਰ ਆਪਣਾ ਪੰਜਾਬ ਜਿੱਥੇ ਹੈਗਾ, ਉਹਨੇ ਪਤਾ ਨਹੀਂ ਕਿੰਨੇ ਸਾਰੇ ਬੰਦਿਆਂ ਦਾ, ਕਿੰਨੇ ਦੁਸ਼ਮਣਾਂ ਨੂੰ ਇੱਥੇ ਰੋਕਿਆ, ਆਪਣੇ ਕਿੰਨੇ ਬੰਦੇ ਇੱਥੇ ਸ਼ਹੀਦ ਹੋਏ। ਉਹਨਾਂ ਦਾ ਸੁਪਨਾ ਸੀ